ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੁਕਾਨਦਾਰ ਅਤੇ ਗ੍ਰਾਹਕ ਦੇ ਵਿਚਕਾਰ ਤਕਰਾਰ ਹੋਈ ਹੈ ਤੇ ਤਕਰਾਰ ਇਸ ਕਦਰ ਵੱਧ ਗਈ ਕਿ ਦੁਕਾਨਦਾਰ ਨੇ ਗ੍ਰਾਹਕ ਦੇ ਗੋਲੀ ਮਾਰ ਦਿੱਤੀ ਹੈ ਤਾਂ ਬੇਹੱਦ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਦੁਕਾਨਦਾਰ ਨੇ ਗ੍ਰਾਹਕ ਦੇ ਗੋਲੀ ਮਾਰੀ ਹੈ ਜਿਸ ਤੋਂ ਬਾਅਦ ਗ੍ਰਾਹਕ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਕਿਹਾ ਜਾ ਰਿਹਾ ਕਿ ਪੈਸਿਆਂ ਦਾ ਇਹ ਲੈਣ ਦੇਣ ਸੀ ਅਤੇ ਜਦੋਂ ਦੋਵਾਂ ਦੇ ਵਿਚਕਾਰ ਦੁਕਾਨ ਤੇ ਹੀ ਗੱਲਬਾਤ ਚੱਲ ਰਹੀ ਸੀ ਤਾਂ ਇਸ ਦੌਰਾਨ ਕਿਹਾ ਜਾ ਰਿਹਾ ਕਿ ਦੋਹਾਂ ਦੇ ਵਿਚਕਾਰ ਤਕਰਾਰ ਵੱਧਦੀ ਹੈ, ਮਾਹੌਲ ਗਾਲੀ ਗਲੋਚ ਤੱਕ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਦੋਨੋਂ ਹੱਥੋਂ ਪਾਈ ਹੁੰਦੇ ਨੇ ਤੇ ਕਿਹਾ ਜਾ ਰਿਹਾ ਜਿਸ ਤੋਂ ਬਾਅਦ ਦੁਕਾਨਦਾਰ ਦੇ ਵੱਲੋਂ ਗ੍ਰਾਹਕ ਦੇ ਗੋਲੀ ਮਾਰ ਦਿੱਤੀ ਜਾਂਦੀ ਹੈ। ਗ੍ਰਾਹਕ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ। ਫਿਲਹਾਲ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 40 ਬੰਦੇ ਸੀ, 50 ਬੰਦੇ ਸੀ, ਆ ਮੇਰੇ ਘਰ ਦੀ ਖੜੇ ਉਹ ਲਿਆ ਗਰਮੀ ਤੂੰ ਰਿਆ ਬੀਬੀ ਝੂਠਾ ਮਾਰ ਤੂੰ ਨਹੀਂ ਮਾਰ ਕੀਤੀ ਆ ਰੱਬ ਨੂੰ ਜਾਣਦੇ ਨੀ ਗੁਰੂ ਨਾਨਕ ਦੇ ਬੰਦੇ ਗੁਰੂ ਗੋਬਿੰਦ ਸਿੰਘ ਦੇ ਬੰਦੇ ਆ ਨਹੀਂ ਮਾਰਨਾ ਆ ਉਹ ਆ ਅਸੀਂ ਦੋਵੇਂ ਦੀ ਸੈਰ ਕਰਨ ਦੇ ਆ ਚਲੋ ਨੀ ਗੋਲ ਨਹੀਂ ਲਾ ਗਿਆ ਬੋਰਡ ਅਸੀਂ ਤੇ ਪਲਾਟ ਦੇਖਣ ਦਿੰਦੇ ਹਾਂ ਤੇ ਉਹ ਬੰਦੇ ਨੇ ਇਹਨਾਂ ਦੇ ਪੈਸੇ ਦੇਣੇ ਹੁਣ ਪੈਸੇ ਦੇ ਦਿੱਤੇ ਇੱਕ ਮਿੰਟ ਪੈਣਾ ਬੱਚੇ ਸੱਟ ਲੱਗੀ ਆ ਚੱਲੀ ਦੀ ਗੱਲ ਸੁਣੋ ਉਹਨੂੰ ਬੰਦੇ ਨੂੰ ਅਸੀਂ ਧੂ ਕੇ ਉੱਥੇ ਲੈ ਗਏ ਆ ਉਹਦੀ ਸ਼ਰਾਬ ਪੀਤੀ ਸੀ ਇਹਨਾਂ ਦੀ ਸ਼ਰਾਬ ਤੇ ਨੀ ਪੀਤੀ ਸੀ ਦੁਕਾਨਦਾਰ ਹੀ ਅਸਕਰ 50 ਰੁਪਏ ਦੀ ਕੀ ਗੱਲਬਾਤ ਹੁੰਦੀ ਆ ਗੋਲੀ ਦੀ ਕਿਥੋਂ ਨੌਬਤ ਆ ਗਈ ਮਾਰੀ ਆ ਇਹਨਾਂ ਨੇ ਮਾਰੀ ਆ ਹਾਂ ਉਹਦੇ ਮੁੰਡੇ ਦੇ ਤਾਰੇ ਦੇ ਮੁੰਡੇ ਤਾਰੋ ਦਾ ਮੁੰਡਾ ਉਹਦਾ ਭਰਾ ਵੀ ਮਗਰੋਂ ਆਇਆ ਉਹਦੇ ਭਰਾ ਨੇ ਵੀ ਨੀ ਕਹਿਣਾ ਭਰਾ ਵੀ ਸਹੀ ਕਹੀ ਜਾਂਦਾ ਮਗਰੋਂ ਆਇਆ ਗੋਲੀ ਲੱਗੀ ਆ ਜਿਹਦੇ ਗੋਲੀ ਲੱਗੀ ਉਹ ਸੌਦਾ ਲੈਣ ਉਹ ਆਇਆ ਸੀ ਜਿਹਦੇ ਗੋਲੀ ਉਹ ਸੌਦਾ ਲੈਣਾ ਹੈ ਪੈਸੇ ਦੇਣਾ ਹੈ ਹਰ ਇੱਕ ਬੰਦਾ ਡਰਦਾ ਅਸੀਂ ਵੀ ਇਸ ਗੱਲ ਤੋਂ ਡਰਦੇ ਪਰ ਇੰਨਾ ਨਰਕ ਤੋੜੀ ਜਾਣਾ 40 ਬੰਦੇ ਆ ਗਏ 50 ਬੰਦੇ ਆ ਗਏ ਆ ਸਾਰੇ ਬੰਦੇ ਇੱਥੇ ਖੜੇ ਕੋਈ ਕਹੇ 40 ਬੰਦੇ ਗਏ ਸੀ ਚੱਲੀ ਤਾਂ ਹੈਗੀ ਹੈ ਪਰ ਇਹ ਨਹੀਂ ਪਤਾ ਆਪਾਂ ਨੂੰ ਕਿਵੇਂ ਚੱਲੀ ਹੈ ਕਿਵੇਂ ਨਹੀਂ ਚੱਲੀ ਦੁਕਾਨ ਦੇ ਵਿੱਚ ਹੀ ਲੜਾਈ ਹੋ ਗਈ ਨਾ ਉਹਨੇ ਟਾਕੇ ਨੇ ਸੌਦੇ ਦੇ ਪੈਸੇ ਮੰਗੇ ਨੇ ਤੇ ਗਾਲ ਕੱਢ ਕੇ ਪੈਸੇ ਦਿੱਤੇ ਸੀ ਕਹਿੰਦਾ ਵੀ ਤੂੰ ਸੌਦਾ ਲਿਆ ਤੇ ਮੈਂ ਪੈਸੇ ਮੰਗੇ ਨੇ ਤੇ ਗਾਲ ਕੱਢਣ ਦਾ ਕੀ ਮਤਲਬ ਫਿਰ ਹੋਰ ਗਾਲ ਕੱਢਣ ਲੱਗਿਆ ਉਹਦੇ ਪੀਤੀ ਹੋਈ ਸੀ ਸ਼ਰਾਬ ਤੇ ਮੈਨੂੰ ਪਤਾ ਕੌਣ ਸੀ ਗਾਹਕ ਨੀ ਰਿਹਾ ਆਉਂਦੇ ਨੇ ਮੈਂ ਤਾਂ ਕਿਸੇ ਨੂੰ ਜਾਣਦੀ ਵੀ ਨੀ ਵੀ ਕਿਹੜਾ ਹੈਗਾ ਸੀ ਮੁੰਡਾ ਉਹ ਵੀ ਕਿਤੇ ਲੈ ਗਏ ਨੇ ਉਹਨੂੰ ਦਸ਼ਮੀ ਨਗਰ ਪੂਰੀ ਚੱਲੇ ਦੀ ਗੱਲ ਸਾਹਮਣੇ ਆਈ ਹੈ ਵੀ ਧਰਮਿੰਦਰ ਸਿੰਘ ਹੈ ਕੋਈ ਸਨ ਆਫ ਜਗਦੀਸ਼ ਦਸ਼ਮੇਸ਼ ਨਗਰ ਦਾ ਰਹਿਣ ਵਾਲਾ ਇੱਥੇ ਕੋਈ ਸਮਾਨ ਲੈਣ ਆਇਆ ਸੀਗਾ ਅਤੇ ਆਪਸ 'ਚ ਕੋਈ ਪੈਸੇ ਪੂਸੇ ਦੇਣੇ ਸੀਗੇ ਉਹ ਤਕਰਾਰਬਾਜ਼ੀ ਹੋ ਗਈ ਅਤੇ ਉੱਥੇ ਝਗੜਾ ਹੋ ਗਿਆ ਅਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਸੁਜੀਤ ਕੁਮਾਰ ਪਾਰਸ ਸ਼ਰਮਾ ਅਸ਼ੋਕ ਕੁਮਾਰ ਇਹਨਾਂ ਦੇ ਬੰਦਿਆਂ ਨੇ ਕਿਸੇ ਨੇ ਉਹਦੀ ਗੋਲੀ ਮਾਰੀ ਕੁਛ ਨਹੀਂ ਕਿਹਾ ਜਾ ਸਕਦਾ ਤਿੰਨ ਦੱਸੇ ਜਾ ਰਹੇ ਦੋ ਗੋਲੀਆਂ ਚੱਲੀਆਂ ਰਾਈਫਲ ਨਾਲ ਦੱਸਦੇ ਨੇ
ਬਾਕੀ ਦੇਖਦੇ ਹਾਂ FIR ਦਰਜ ਕਰਾਂਗੇ, ਉਦੋਂ ਬਾਅਦ ਕਾਰਵਾਈ ਕਰਾਂਗੇ ਜੋ ਕਾਨੂੰਨੀ ਬਣਦੀ ਹੈ। ਹਾਂਜੀ, 12 ਅੰਬਰ ਮਿਲ ਗਈ ਹੈ, ਇਹ ਹੁਣ ਦੇਖਾਂਗੇ, ਚੈੱਕ ਕਰਾਂਗੇ ਅੰਦਰ ਘਰ ਚੋਂ ਪ੍ਰਾਪਤ ਆਰੋਪੀ ਫਰਾਰ ਨੇ, ਉਹ ਦੇਖ ਰਹੇ ਹਾਂ ਅਸੀਂ, DVR ਚੈੱਕ ਕਰ ਰਹੇ ਹਾਂ, ਅਸੀਂ ਲੱਭਦੇ ਫਿਰਦੇ ਹਾਂ।